ਚੋਣ ਘੋਸ਼ਣਾ ਪੱਤਰ ਵਿੱਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ ਵਾਲੇ ਰਾਜਨੀਤਿਕ ਦਲਾਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਪਲਟਵਾਰ ਕੀਤਾ। ਵਿਜੇ ਸਾਪਲਾ ਜੀ, ਸੁਖਬੀਰ ਸਿੰਘ ਬਾਦਲ ਜੀ ਅੱਜ ਗਏ ਇਕੱਠੇ ਹੋ ਕੇ ਗਵਰਨਰ ਪੰਜਾਬ ਦੇ ਕੋਲ। ਉਹਨਾਂ ਨੇ ਗਵਰਨਰ ਪੰਜਾਬ ਨੂੰ ਜਾ ਕੇ ਕਿਹਾ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਉਹ ਵਾਅਦੇ ਪੂਰੇ ਨਹੀਂ ਕਰ ਰਹੀ। ਉਹਨਾਂ ਨੇ ਕਿਹਾ ਕਿ ਇਸ ਸਰਕਾਰ ਨੂੰ ਡਿਸਮਿਸ ਕਰੋ ਔਰ ਉੱਥੇ ਜਾ ਕੇ ਗਵਰਨਰ ਨੂੰ ਮੈਮੋਰੰਡਮ ਦਿੱਤਾ ਹੈ। ਇਹ ਮੈਮੋਰੰਡਮ ਦੇਸ਼ ਦੇ ਰਾਸ਼ਟਰਪਤੀ ਨੂੰ ਬਾਦਲ ਸਾਹਿਬ ਜਾ ਕੇ ਮੈਮੋਰੰਡਮ ਦੇਣ ਔਰ ਮੋਦੀ ਜੀ ਨੂੰ ਡਿਸਮਿਸ ਕਰਨ ਦੀ ਮੰਗ ਕਰਨ, ਕਿਉਂਕਿ ਮੋਦੀ ਜੀ ਨੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਬਈ ਅਸੀਂ ਥੋੜ੍ਹੀ ਧੋਖਾ ਕੀਤਾ, ਅਸੀਂ ਕਿਹਾ ਕਿਸਾਨਾਂ ਦੇ ਕਰਜ਼ ਮਾਫ਼ ਕਰਾਂਗੇ, ਅਸੀਂ ਕਰ ਰਹੇ ਹਾਂ ਨਾ, ਅਸੀਂ ਕਿਹਾ ਪੈਨਸ਼ਨਾਂ ਵਧਾਵਾਂਗੇ ਵਧਾ ਰਹੇ ਹਾਂ, ਅਸੀਂ ਕਿਹਾ ਸਗਨ ਸਕੀਮ ਵਧਾਵਾਂਗੇ, ਅਸੀਂ ਕਿਹਾ ਇੰਡਸਟਰੀ ਦੀ ਜਿਹੜੀ ਬਿਜਲੀ ਹੈ ਉਹ 5 ਰੁਪਏ ਯੂਨਿਟ ਕਰਾਂਗੇ, ਅਸੀਂ ਕਰ ਰਹੇ ਹਾਂ ਨਾ। ਲੇਕਿਨ ਜਿਹੜੇ ਬਾਬਾ ਕਪੂਰ ਸਿੰਘ ਦਿੱਲੀ 'ਚ ਬੈਠੇ ਹੈ ਮੋਦੀ ਸਾਹਿਬ, ਉਹਨਾਂ ਨੇ ਕਿਹਾ ਸੀਗਾ 15-15 ਲੱਖ ਰੁਪਇਆ ਸਾਰਿਆਂ ਦੇ ਖਾਤਿਆਂ 'ਚ ਆਏਗਾ, ਉਹ ਆਇਆ। ਉਹਨਾਂ ਨੇ ਕਿਹਾ ਕਿ ਸਵਾਮੀਨਾਥਨ ਦੀ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ, ਉਹ ਉਹਨਾਂ ਨੇ ਕੀਤੀ। ਉਹਨਾਂ ਨੇ ਕਿਹਾ ਕਿਸਾਨਾਂ ਦੇ ਔਰ ਸ਼ਹਿਰ ਵਾਲਿਆਂ ਦੇ ਹਾਲਾਤ ਇੰਡਸਟਰੀ ਸੁਧਰਨਗੇ, ਹੋਰ ਵਿਗੜ ਗਏ।